ਆਪ ਜੀ ਦਾ ਹਾਰਦਿਕ ਸਵਾਗਤ ਹੈ ਜੀ। ਆਪ ਦੇਖ ਰਹੇ ਹੋ ਦੀ ਟੀ ਵੀ ਐਨ ਆਰ ਆਈ ਅਤੇ ਮੈਂ ਹਾਂ ਸੰਤੋਖ ਸਿੰਘ ਪੰਨੂ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਲੋਕ ਆਵਾਜ਼ ਅਤੇ ਲੋਕ ਆਵਾਜ਼ ਦੇ ਵਿੱਚ ਦਰਸ਼ਕੋ ਅਸੀਂ ਜੋ ਲੋਕਾਂ ਦੇ ਅਹਿਮ ਮਸਲੇ ਹੁੰਦੇ ਉਹਨਾਂ ਦੇ ਬਾਰੇ ਵਿਚਾਰ ਚਰਚਾ ਕਰਿਆ ਕਰਦੇ ਹਾਂ। ਅਤੇ ਇੱਦਾਂ ਇਹ ਮੁੱਦਾ ਵਾ, ਕੱਲ੍ਹ ਕਾਫੀ ਵਿਰੋਧੀ ਪਾਰਟੀਆਂ ਜਿਹੜੀਆਂ ਨੇ, ਜਿਹੜੇ ਗੈਰ ਸ਼ਾਸਿਤ ਭਾਜਪਾ ਪ੍ਰਦੇਸ਼ ਨੇ ਜਿੱਥੇ ਭਾਜਪਾ ਸੱਤਾ ਦੇ ਵਿੱਚ ਨਹੀਂ, ਉਹਨਾਂ ਵੱਲੋਂ ਜੰਤਰ ਮੰਤਰ 'ਤੇ ਇੱਕ ਜਿਹੜਾ ਵਾ ਧਰਨਾ ਦਿੱਤਾ ਗਿਆ, ਜਿਹਦੇ ਵਿੱਚ ਉਹਨਾਂ ਦੀ ਇਹੀ ਮੰਗ ਸੀ ਕਿ ਜਿਹੜੀਆਂ BJP ਦੇ ਵਿਰੋਧੀ ਪਾਰਟੀਆਂ ਦੀ ਸਰਕਾਰ ਆ ਜਿਹਨਾਂ ਜਿਹਨਾਂ ਸਟੇਟਾਂ ਦੇ ਵਿੱਚ, ਉੱਥੇ ਜਿਹੜਾ ਉਹਨਾਂ ਨੂੰ ਤੰਗ ਪਰੇਸ਼ਾਨ ਜਿਹੜਾ ਵਾ ਕੀਤਾ ਜਾ ਰਿਹਾ। ਅਤੇ ਭਗਵੰਤ ਮਾਨ ਨੇ ਸਿੱਧਾ ਹੀ ਕਿਹਾ ਕਿ ਲੋਕਾਂ ਦੇ ਚੁਣੇ ਹੋਏ ਨੁਮਿੰਦਿਆਂ ਨੂੰ ਜਿਹੜਾ ਵਾ ਰਾਜ ਕਰਨ ਦਾ ਅਧਿਕਾਰ ਆ। ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਆ ਕਿ ਪੰਜਾਬ ਦੇ ਜਿਹੜੇ ਰਾਜਪਾਲ ਸੀ ਉਹਨੇ ਕਿੰਨੀ ਵਾਰਾਂ ਅੜਿੱਕੇ ਡਾਏ, ਕਿੰਨਾ ਕੁਛ ਕੀਤਾ, ਅਤੇ ਫਿਰ ਭਗਵੰਤ ਮਾਨ ਤੇ ਇਹ ਵੀ ਕਿਹਾ ਕਿ ਸਾਨੂੰ ਆਪਣੇ ਦਫ਼ਤਰਾਂ ਦੇ ਵਿੱਚ ਬੈਠ ਕੇ ਸਾਨੂੰ ਪੋਲਿਸੀਆਂ ਬਣਾਉਣੀਆਂ ਚਾਹੀਦੀਆਂ ਸੀ, ਬਜਟ ਬਾਰੇ ਗੱਲ ਕਰਨੀ ਚਾਹੀਦੀ ਸੀ, ਪਰ ਅੱਜ ਸਾਨੂੰ ਜਿਹੜਾ ਧਰਨਾ ਵਾ ਉਹ ਦੇਣਾ ਪੈ ਰਿਹਾ। ਅਤੇ ਵੈਸੇ ਬੜੀ ਹਾਸੋਹੀਣੀ ਗੱਲ ਆ, ਕੁਝ ਦਿਨ ਪਹਿਲਾਂ ਵੀ ਇਹਦੇ ਵਿੱਚ ਜਿਹੜਾ ਕੇਰਲ ਦਾ ਲੈਫਟ ਫਰੰਟ ਆ ਅਤੇ ਆਪਣੇ ਤਾਮਿਲਨਾਡੂ ਦੇ ਜਿਹੜੇ ਮੁੱਖ ਮੰਤਰੀ ਆ ਉਹ ਵੀ ਸ਼ਾਮਿਲ ਹੋਏ ਨੇ। ਅਤੇ ਉਹ ਇੱਕ ਜਿਹੜਾ ਸੰਸਦ ਮੈਂਬਰ ਆ ਉਸਨੇ ਬਿਆਨ ਦਿੱਤਾ ਸੀ ਵੀ ਜੇ ਕੇਂਦਰੀ ਫੰਡਾਂ ਦੇ ਵਿੱਚੋਂ ਦੱਖਣ ਰਾਜਾਂ ਨੂੰ ਬਣਦਾ ਹਿੱਸਾ ਨਾ ਦਿੱਤਾ ਗਿਆ ਤਾਂ ਮਜਬੂਰੀ ਵੱਸ ਦੱਖਣ ਰਾਜਾਂ ਨੂੰ ਜਿਹੜਾ ਵਾ ਵੱਖਰੇ ਦੇਸ਼ ਦੀ ਮੰਗ ਕਰਨੀ ਪੈ ਸਕਦੀ ਆ। ਜੇ ਆਪਾਂ ਗੱਲ ਕਰੀਏ ਥੋੜ੍ਹਾ ਜਿਹਾ ਪਿੱਛੇ ਜਾਈਏ, ਜਿਹੜੇ ਪੰਜਾਬ ਦਾ ਮਸਲਾ ਵੀ ਉਦੋਂ ਵੀ ਇੱਕ ਅਨੰਦਪੁਰ ਦਾ ਮਤਾ ਸਾਹਮਣੇ ਆਇਆ ਸੀ ਜਿਹਦੇ ਵਿੱਚ ਫੈਡਰਲ ਢਾਂਚੇ ਦੀ ਗੱਲਬਾਤ ਕੀਤੀ ਗਈ ਸੀ। ਅਤੇ ਹੁਣ ਜਿਹੜਾ ਵਾ ਵਿਰੋਧੀ ਧਿਰਾਂ ਦੀਆਂ ਜਿੱਥੇ ਸਰਕਾਰਾਂ ਵਾ ਉੱਥੋਂ ਕੇਂਦਰ ਸਰਕਾਰ ਉਹਨੂੰ ਦਬਾ ਰਿਹਾ ਵਾ ਕਈ ਤਰ੍ਹਾਂ ਦੇ ਦਬਾਅ ਬਣਾ ਕੇ, ਜਿਸ ਤਰ੍ਹਾਂ ਹੁਣ ਦੇਖੋ ਦਿੱਲੀ ਦੇ ਮੁੱਖ ਮੰਤਰੀ ਨੂੰ ਪਰੇਸ਼ਾਨ ਕੀਤਾ ਜਾ ਰਿਹਾ, ਝਾਰਖੰਡ ਦਾ ਕੀ ਹਾਲ ਹੋਇਆ, ਅਤੇ ਇਸੇ ਤਰ੍ਹਾਂ ਹੀ ਕਦੀ ਗਵਰਨਰ ਜੇ ਕੇਰਲਾ ਦਾ ਧਰਨੇ 'ਤੇ ਬੈਂਦਾ ਤਾਂ ਬੜੀ ਆਸਵਾੜੀ ਵੈਸੇ ਹੀ ਗੱਲ ਆ। ਅਤੇ ਪਰ ਇਹ ਸਾਰਾ ਕੁਛ ਹੋ ਰਿਹਾ ਜਿੱਥੇ ਵਿਰੋਧੀ ਪਾਰਟੀਆਂ ਦੀ ਸਰਕਾਰ ਆ ਉੱਥੇ ਜਿਹੜਾ ਵਾ ਕੇਂਦਰ ਆ ਰਾਜਪਾਲਾਂ ਦੇ ਰਾਹੀਂ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਿਹਾ, ਉੱਥੇ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਵਾ। ਇਸੇ ਵਾਸਤੇ ਜਿਹੜਾ ਇਹ ਧਰਨਾ ਵਾ ਦਿੱਤਾ ਗਿਆ। ਕੇਜਰੀਵਾਲ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਇੱਕ ਹਿਸਾਬ ਦਾ ਡੰਡੇ ਨਾਲ ਜਿਹੜਾ ਵਾ ਦੂਸਰੇ ਰਾਜਾਂ ਨੂੰ ਜਿਹੜਾ ਵਾ ਦਬਾਇਆ ਜਾ ਰਿਹਾ ਵਾ, ਕਿਉਂਕਿ ਦਿੱਲੀ ਦੇ ਵਿੱਚ ਉਹਨਾਂ ਨੇ ਕਿਹਾ ਵੀ ਜੇ ਸਾਨੂੰ ਫੰਡ ਨਹੀਂ ਦਿੱਤੇ ਜਾਣਗੇ ਤਾਂ ਅਸੀਂ ਕਿਵੇਂ ਸੜਕਾਂ ਬਣਾਵਾਂਗੇ, ਕਿਵੇਂ ਹਸਪਤਾਲ ਬਣਾਵਾਂਗੇ, ਕਿਵੇਂ ਸਕੂਲ ਬਣਾਵਾਂਗੇ। ਇਹ ਵੈਸੇ ਬੜੀ ਵੱਡੀ ਗੱਲ ਆ ਵੀ ਜਿਹੜਾ ਰਾਜਾਂ ਦਾ ਪੈਸਾ ਵਾ ਉਹ ਉਹਨਾਂ ਨੂੰ ਜਿਹੜਾ ਸਮੇਂ ਸਿਰ ਨਹੀਂ ਦਿੱਤਾ ਜਾ ਰਿਹਾ। ਇਹ ਵਿਰੋਧੀ ਧਿਰ ਦੀ ਜਿਹੜੀ ਮੁੱਖ ਤੌਰ 'ਤੇ ਮੰਗ ਆ, ਕੇਰਲਾ ਹੋਇਆ ਆਪਣਾ ਦੂਜਾ ਤਾਮਿਲਨਾਡੂ ਹੋਇਆ ਉਹਨਾਂ ਵੱਲੋਂ ਵਿਸ਼ੇਸ਼ ਤੌਰ 'ਤੇ। ਅਤੇ ਕੇਜਰੀਵਾਲ ਨੇ ਇੱਥੋਂ ਵੀ ਕਿਹਾ ਕਿ ਜੇ ਝਾਰਖੰਡ ਦੇ ਮੁੱਖ ਮੰਤਰੀ ਨੂੰ ਜਿਹੜਾ ਵਾ ਗ੍ਰਿਫਤਾਰ ਕੀਤਾ ਜਾ ਸਕਦਾ ਤਾਂ ਕਿਸੇ ਟਾਈਮ 'ਤੇ ਮੈਨੂੰ ਵੀ ਗ੍ਰਿਫਤਾਰ ਕੀਤਾ ਜਾ ਸਕਦਾ, ਕੇਰਲਾ ਦੇ ਮੁੱਖ ਮੰਤਰੀ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕਦਾ, ਤਾਮਿਲਨਾਡੂ ਦੇ ਮੁੱਖ ਮੰਤਰੀ ਸਟਾਲਿਨ ਸਾਹਿਬ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕਦਾ। ਅਤੇ ਬੜੇ ਅਣਸੁਖਾਵੇਂ ਜਿਹੇ ਹਾਲਾਤ ਜਿਹੜੇ ਆ ਉਹ ਦੇਸ਼ ਦੇ ਵਿੱਚ ਬਣਦੇ ਨਜ਼ਰ ਆਉਂਦੇ ਨੇ, ਕਿਉਂਕਿ ਵਿਰੋਧੀ ਧਿਰਾਂ ਦਾ ਇਹੀ ਆ ਕਿ ਦੂਸਰੀਆਂ ਸਰਕਾਰਾਂ ਨੂੰ ਡੇਗਣ ਦੇ ਵਾਸਤੇ ਜਿਹੜੀ ਸਰਕਾਰ ਆ ਉਹ ਪਲੈਨਿੰਗਾਂ ਕਰ ਰਹੀ ਆ, ਉਹਨਾਂ ਨੂੰ ਦਬਾਇਆ ਜਾ ਰਿਹਾ, ਸਮੇਂ ਸਿਰ ਜਿਹੜੇ ਉਹਨਾਂ ਦਾ ਬਣਦਾ ਫੰਡ ਦਾ ਹਿੱਸਾ ਵਾ ਉਹ ਜਿਹੜਾ ਵਾ ਨਹੀਂ ਦਿੱਤਾ ਜਾ ਰਿਹਾ। ਜੇ ਆਪਾਂ ਜਮਹੂਰੀਅਤ ਦੀ ਗੱਲ ਕਰੀਏ ਤਾਂ ਜਮਹੂਰੀਅਤ ਦੇ ਵਿੱਚ ਤਾਂ ਇਹ ਗੱਲਾਂ ਜਿਹੜੀਆਂ ਮਿਹੜੇ ਨਹੀਂ ਰੱਖਦੀਆਂ, ਸਾਰਿਆਂ ਨੂੰ ਬਰਾਬਰ ਦਾ ਜਿਹਦੇ ਵੀ ਲੋਕਾਂ ਨੇ ਚੁਣ ਕੇ ਭੇਜਿਆ। ਜਿਸ ਤਰ੍ਹਾਂ ਜੇ ਆਪਾਂ ਜੰਮੂ ਕਸ਼ਮੀਰ ਦੀ ਗੱਲ ਕਰੀਏ ਜਿੱਥੇ ਧਾਰਾ 370 ਜਿਹੜੀ ਤੋੜ ਦਿੱਤੀ ਗਈ ਆ ਅਤੇ ਉਸ ਤੋਂ ਬਾਅਦ ਹਜੇ ਤੱਕ ਸਰਕਾਰ ਨੇ ਚੋਣਾਂ ਨਹੀਂ ਕਰਾਈਆਂ, ਸਿੱਧਾ ਹੀ ਆਪ ਜਿਹੜਾ BJP ਆ ਉਹ ਸਰਕਾਰ ਆ ਉਹਨਾਂ ਦੀ ਕੇਂਦਰ ਦੀ ਸਰਕਾਰ ਜਿਹੜੀ ਆ ਉਹ ਰਾਜ ਕਰ ਰਹੀ ਆ। ਅਤੇ ਇਸੇ ਕਰਕੇ ਜਿਹੜੇ ਜੰਮੂ ਕਸ਼ਮੀਰ ਦੇ ਅਬਦੁੱਲਾ ਜੀ ਨੂੰ ਇਹ ਗੱਲਾਂ ਬਾਤਾਂ ਕਹਿਣੀਆਂ ਪਈਆਂ ਕਿ ਸਾਨੂੰ ਜਿਹੜਾ ਇੱਕ ਹਿਸਾਬ ਨਾਲ ਜੇ ਸਾਡੇ ਹਿੱਕੇ ਦੇਸ਼ ਦੇ ਹਿੱਸੇ ਆ ਤਾਂ ਸਾਨੂੰ ਕਿਉਂ ਜਿਹੜੇ ਅਧਿਕਾਰ ਆ ਦਿੱਤੇ ਨਹੀਂ ਜਾ ਰਹੇ, ਕਿਉਂ ਸਾਡੇ ਤੋਂ ਜਿਹੜੇ ਅਧਿਕਾਰ ਨੇ ਖੋਹ ਲਏ ਨੇ ਚੁਣੀ ਹੋਈ ਸਰਕਾਰ ਨੂੰ ਜਿਹੜਾ ਰਾਜ ਕਰਨ ਦਾ ਅਧਿਕਾਰ ਆ। ਇਸੇ ਤਰ੍ਹਾਂ ਕੇਰਲਾ ਦੇ ਮੁੱਖ ਮੰਤਰੀ ਨੇ ਵੀ ਇਹੀ ਗੱਲਾਂ ਬਾਤਾਂ ਕਹੀਆਂ ਨੇ। ਅਤੇ ਦੂਸਰੇ ਪਾਸੇ ਤਾਮਿਲਨਾਡੂ ਦੇ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਦੀਆਂ ਜਿਹੜੀਆਂ ਪਾਰਟੀ ਦੇ ਵੱਲੋਂ ਤਕਰੀਰਾਂ ਹੋਈਆਂ ਨੇ। ਅਤੇ ਇਹ ਇਸੇ ਕਰਕੇ ਜਿਹੜਾ ਧਰਨਾ ਲਾਇਆ ਗਿਆ ਸੀ ਕਿ ਜਿੱਥੇ ਗੈਰ ਸ਼ਾਸਿਤ ਭਾਜਪਾ ਦੇ ਰਾਜ ਨੇ ਉਹਨਾਂ ਨੂੰ ਜਿਹੜਾ ਬਣਦਾ ਹਿੱਸਾ ਵਾ ਕੇਂਦਰ ਦੇ ਵਿੱਚੋਂ ਨਹੀਂ ਦਿੱਤਾ ਜਾ ਰਿਹਾ, ਕਈ ਵਾਰ ਰੇਲੀਆਂ ਕੱਢਣ ਦੇ ਬਾਵਜੂਦ ਵੀ ਅਦਾਲਤਾਂ ਦੇ ਵਿੱਚ ਜਾਣਾ ਪੈਂਦਾ ਜਾਂ ਕਈ ਹੋਰ ਜਿਹੜੇ ਤਰਲੇ ਮਿੰਨਤਾਂ ਕਰਨੇ ਪੈਂਦੇ ਆ, ਪਰ ਫਿਰ ਵੀ ਜਿਹੜੀ ਕੇਂਦਰ ਸਰਕਾਰ ਆ ਉਹ UP ਵੱਲ ਨੂੰ ਜ਼ਿਆਦਾ ਪਾਣ ਦੇ ਰਹੀ ਆ, ਬਿਹਾਰ ਨੂੰ ਜ਼ਿਆਦਾ ਦੇ ਰਹੀ ਆ, ਪਰ ਜਿਹੜੀਆਂ ਦੱਖਣੀ ਸਟੇਟਾਂ ਵਾ ਉਹਨਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ। ਪੰਜਾਬ ਨੂੰ ਵੀ ਉਹਦੇ ਵਿੱਚ
अणगौलिया किया जा रहा। बहुत सारे जिहड़े पंजाब दे फंड आ उह वी जिहड़े दित्ते नहीं जा रहे। जे सरकारां दे कोल पैसा नहीं होगा तो फिर विकास किस तरह होगा? ये बड़ा वड्डा इस वेले अहम सवाल जिहड़ा बणिया होया कि मुख मंत्रियों नूं धरनियां ते बैठना पै रहा वा। जिहड़े साडे पार्लीमेंट दे मैंबर ने उन्हां नूं धरनियां ते जिहड़ा बैठना पै रहा, ये देश की डेमोक्रेसी का मैं समझना भी ये भी एक रूप जिहड़ा देखण नूं मिल रहा। ये आने वाले समय के खतरनाक भी हो सकता, जिस तरह देश की एकता ते अखंडता दे वास्ते पंजाब ने भी बहुत वड्डियां कुर्बानियां कीतियां ने, देश की आज़ादी के वास्ते बड़िया बड़िया कुर्बानियां कीतियां ने। हुण जे दक्षण दे विच भी इस तरह की बेगानगी की भावना पैदा हुंदी आ तां उह देश दे वास्ते मैं समझना ठीक नहीं। सो सरकार केंद्र की सरकार नूं सोचना चाहिए कि जिहड़ी बेगानगी की भावना पैदा हो रही आ उह जिहड़ी पैदा नहीं होनी चाहीदी, क्योंकि हुण भगवंत मान साहब ने भी चंडीगढ़ की उदाहरण दिती आ भी जिथे 36 मैंबर आ जे उहदी गिनती दे विच 25% घपलेबाजी हो सकती आ ਤਾਂ ਜਿਹੜੀ ਕਰੋੜਾਂ ਸ਼ਾਇਦ 90 ਕਰੋੜ ਜਿਹੜੇ ਵੋਟਰ ਨੇ ਸਾਡੇ ਲਗਭਗ, ਅਤੇ ਉਹਨਾਂ ਦੀਆਂ ਜਦੋਂ ਗਿਣਤੀ ਹੋਣੀ ਆ ਅਤੇ ਉਹਦੇ ਵਿੱਚ ਕਿੱਡਾ ਵੱਡਾ ਜਿਹੜਾ ਘਪਲਾ ਵਾ ਹੋ ਸਕਦਾ ਵਾ। ਬਾਕੀ ਜੋ ਆਪਣੇ ਸ਼ੰਕੇ ਜ਼ਾਹਰ ਕੀਤੇ ਜਾ ਰਹੇ ਨੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਦਮ ਜ਼ਰੂਰ ਹੈਗਾ। ਦੂਸਰੇ ਪਾਸੇ ਇੱਕ ਧਰਨਾ ਇਹ ਵੀ ਚੱਲ ਰਿਹਾ ਵਾ ਕਿ ਜਿਹੜੀਆਂ ਵੋਟਿੰਗ ਮਸ਼ੀਨਾਂ ਵਾ ਉਹਨਾਂ ਨੂੰ ਪਾਸੇ ਕਰਕੇ ਜਿਹੜੀਆਂ ਬੈਲਟ ਪੇਪਰ ਦੇ ਰਾਹੀਂ ਚੋਣਾਂ ਕਰਵਾਈਆਂ ਜਾਣ। ਦਿੱਲੀ ਦੇ ਵਿੱਚ ਇਹ ਧਰਨਾ ਚੱਲ ਰਿਹਾ ਵਾ ਅਤੇ ਉਹਦੇ ਬਾਰੇ ਕੋਈ ਐਡੀਆਂ ਜ਼ਿਆਦੀਆਂ ਖਬਰਾਂ ਨਹੀਂ ਆਈਆਂ, ਕਿਉਂਕਿ ਆਪਾਂ ਨੂੰ ਪਤਾ ਹੀ ਆ ਕਿ ਕਿਸ ਤਰ੍ਹਾਂ ਦਾ ਜਿਹੜਾ ਇੰਡੀਆ ਦਾ ਮੀਡੀਆ ਕਿਸ ਤਰ੍ਹਾਂ ਦਾ ਹੋ ਗਿਆ। ਅਤੇ ਦੂਸਰੇ ਪਾਸੇ ਜਿਹੜੀ ਕਿਸਾਨ ਨੇ ਉਹ ਵੀ ਆਪਣਾ ਫਿਰ ਅੰਦੋਲਨ ਸ਼ੁਰੂ ਕਰਨ ਵਾਸਤੇ ਉਹਨਾਂ ਨੇ ਪੂਰੇ ਕਮਰ ਕੱਸੇ ਕੀਤੇ ਹੋਏ ਨੇ। ਦੇਸ਼ ਦੇ ਹਾਲਾਤ ਜਿਹੜੇ ਨੇ, ਕਿਉਂਕਿ ਜੇ ਕਿਸਾਨ ਖੁਸ਼ ਨਹੀਂ ਹੋਏਗਾ ਜਾਂ ਕਿਸਾਨ ਦੀ ਆਰਥਿਕਤਾ ਮਾੜੀ ਹੋਏਗੀ ਤਾਂ ਦੇਸ਼ ਕਦੀ ਵੀ ਤਰੱਕੀ ਨਹੀਂ ਕਰ ਸਕਦਾ। ਭਾਵੇਂ ਮੀਟਿੰਗਾਂ ਹੋਈਆਂ ਨੇ ਕੇਂਦਰ ਸਰਕਾਰ ਦੀਆਂ, ਆਪਣੇ ਪੰਜਾਬ ਦੇ ਮੁੱਖ ਮੰਤਰੀ ਵਿੱਚ ਬੈਠੇ ਨੇ, ਕਿਸਾਨ ਯੂਨੀਅਨਾਂ ਦੇ ਜਿਹੜੇ ਨੁਮਿੰਦੇ ਸੀ ਉਹ ਵੀ ਵਿੱਚ ਨੇ, ਪਰ ਗੱਲ ਕਿਸੇ ਸਿਰੇ ਨਹੀਂ ਲੱਗੀ। ਅਤੇ ਮੈਨੂੰ ਲੱਗਦਾ ਵੀ ਸਰਕਾਰ ਕਿਸੇ ਸਿਰੇ ਗੱਲ ਲਾਉਣਾ ਨਹੀਂ ਚਾਹੁੰਦੀ। ਜਦੋਂ ਇਹਨਾਂ ਨੇ ਕਿਸਾਨ ਜਥੇਬੰਦੀਆਂ ਨੇ ਕਿਸਾਨ ਅੰਦੋਲਨ ਮੁਲਤਵੀ ਕੀਤਾ ਸੀ ਅਤੇ ਸਸਪੈਂਡ ਕੀਤਾ ਸੀਗਾ, ਅਤੇ ਉਦੋਂ ਬਾਅਦ ਬੜਾ ਸਮਾਂ ਸੀਗਾ ਕੇਂਦਰ ਸਰਕਾਰ ਦੇ ਕੋਲ, ਕੇਂਦਰ ਸਰਕਾਰ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਮੰਨ ਸਕਦੀ ਸੀ। ਪਰ ਜੇ ਹੁਣ ਵਧੀਕੀਆਂ ਹੋਈਆਂ, ਜਿਸ ਤਰ੍ਹਾਂ ਖਬਰਾਂ ਆ ਰਹੀਆਂ ਨੇ ਕਿ ਹਰਿਆਣਾ ਸਰਕਾਰ ਜਿਹੜੀ ਆ ਬੜੀ ਵੱਡੀ ਤਿਆਰੀ ਕਰ ਰਹੀ ਆ ਵੀ ਜੇ ਕਿਸਾਨ ਦਿੱਲੀ ਨੂੰ ਜਾਂਦੇ ਆ ਤਾਂ ਜਾਣ ਨਹੀਂ ਦੇਣਾ। ਦੇਖੋ ਜੇ ਸਾਡਾ ਹੀ ਦੇਸ਼ ਆ ਅਤੇ ਅਸੀਂ ਚੱਲੇ ਹਾਂ ਅਤੇ ਇਹ ਕਿਹੜਾ ਕੋਈ ਦੂਸਰਾ ਦੇਸ਼ ਤਾਂ ਹੈ ਨਹੀਂ। ਜੇ ਉਹਨਾਂ ਨੂੰ ਰੋਕਿਆ ਜਾਂਦਾ, ਜ਼ਬਰਦਸਤੀ ਰੋਕਿਆ ਜਾਂਦਾ, ਉਹਨਾਂ 'ਤੇ ਜ਼ਬਰ ਕੀਤੇ ਜਾ ਰਹੇ ਨੇ, ਕੀਤੇ ਜਾਂਦੇ ਨੇ, ਅਤੇ ਇਹ ਜਿਹੜੇ ਹਾਲਾਤ ਆ ਦੇਸ਼ ਵਾਸਤੇ ਚੰਗੇ ਨਹੀਂ ਹੋਣਗੇ। ਜਿਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਵਾ, ਦੁਨੀਆ ਨਾਲ ਇਹ ਇਲਜ਼ਾਮ ਲਾ ਰਹੀਆਂ ਨੇ ਕਿ ਪੈਟਰੋਲ ਪੰਪਾਂ ਤੱਕ ਨੂੰ ਕਹਿ ਦਿੱਤਾ ਗਿਆ ਕਿ ਤੁਸੀਂ ਟਰੈਕਟਰਾਂ ਦੇ ਵਿੱਚ ਜਿਹੜਾ ਤੇਲ ਉਹ ਨਹੀਂ ਪਾਉਣਾ, ਕਿਉਂਕਿ ਦਿੱਲੀ ਜਾਂਦਿਆਂ ਕਾਫੀ ਜਿਹੜਾ ਤੇਲ ਆ ਖਰਚ ਹੋ ਜਾਂਦਾ ਅਤੇ ਰਸਤੇ ਦੇ ਵਿੱਚ ਤੇਲ ਪਾਉਣ ਦੀ ਜਿਹੜੀ ਲੋੜ ਪੈਂਦੀ ਆ ਟਰੈਕਟਰਾਂ ਨੂੰ। ਅਤੇ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਅਣਸੁਖਾਵੇਂ ਹਾਲਾਤ ਬਣ ਰਹੇ ਨੇ, ਇਹ ਦੇਸ਼ ਦੇ ਵਾਸਤੇ ਇੱਕ ਸ਼ਬਦ ਹੈ ਕਿ ਖਤਰਨਾਕ ਸੰਦੇਸ਼ ਆ। ਜੇ ਕੇਂਦਰ ਦੀ ਸਰਕਾਰ ਇਸ ਨੂੰ ਸਮੇਂ ਸਿਰ ਭਾਂਪ ਲਏ ਅਤੇ ਇਹਨਾਂ ਮਸਲਿਆਂ ਦੇ ਹੱਲ ਕੱਢੇ ਜਾ ਸਕਦੇ ਆ, ਇਹਨਾਂ ਮਸਲਿਆਂ ਨੂੰ ਜਿਹੜਾ ਦੂਰ ਕੀਤਾ ਜਾ ਸਕਦਾ ਵਾ। ਅਤੇ ਕੋਈ ਵੀ ਮਸਲਾ ਹੁੰਦਾ, ਜੇ ਮੰਨ ਲਓ ਜਿੰਨੀ ਦੇਰੀ ਜ਼ਿਆਦਾ ਹੁੰਦੀ ਆ ਉੱਨੀ ਹੀ ਬੇਗਾਨਗੀ ਦੀ ਭਾਵਨਾ ਲੋਕਾਂ ਦੇ ਵਿੱਚ ਪੈਦਾ ਹੁੰਦੀ ਆ। ਸੋ ਚੰਗਾ ਇਹ ਗੱਲ ਤਾਂ ਇਹੀ ਆ ਕਿ ਦੇਸ਼ ਤਾਂ ਹੀ ਸਥਿਰ ਰਹਿ ਸਕਦਾ ਵਾ ਜੇ ਜਿੱਥੇ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਵੀ ਜੋ ਬਣਦਾ ਉਹਨਾਂ ਦਾ ਮਾਣ ਸਨਮਾਨ ਦਿੱਤਾ ਜਾਵੇ, ਤਾਂ ਹੀ ਜਿਹੜਾ ਦੇਸ਼ ਆ ਤਰੱਕੀ ਕਰ ਸਕਦਾ, ਦੇਸ਼ ਆ ਜਿਹੜਾ ਅੱਗੇ ਵੱਧ ਸਕਦਾ। ਅਤੇ ਜੇ ਉਲਝਣਾਂ ਦੇ ਵਿੱਚ ਫਸਦਾ ਗਿਆ ਵਿਰੋਧਤਾਈਆਂ ਦੇ ਵਿੱਚ, ਅਤੇ ਫਿਰ ਦੇਸ਼ ਦੀ ਤਰੱਕੀ ਦੇ ਵਿੱਚ ਵੀ ਰੁਕਾਵਟ ਪੈਂਦੀ ਆ। ਸੋ ਆਸ ਕਰਦੇ ਹਾਂ ਕਿ ਕੇਂਦਰ ਅਤੇ ਜਿਹੜੀਆਂ ਵਿਰੋਧੀ ਪਾਰਟੀਆਂ ਜਿੱਥੇ ਸਰਕਾਰਾਂ ਉਹਨਾਂ ਦੇ ਵੀ ਸੰਬੰਧ ਸਖਾਵੇਂ ਬਣਾਉਣ ਦੇ ਵਾਸਤੇ ਕੇਂਦਰ ਜਿਹੜਾ ਵਾ ਪਹਿਲਕਦਮੀਆਂ ਕਰੂਗੀ ਤਾਂ ਕਿ ਲੋਕਾਂ ਦੇ ਵਿੱਚ ਨਾਰਾਜ਼ਗੀ ਗੁੱਸਾ ਪੈਦਾ ਨਾ ਹੋਵੇ। ਸੋ ਦਰਸ਼ਕੋ, ਇਹ ਸੀ ਅੱਜ ਦਾ ਪ੍ਰੋਗਰਾਮ ਲੋਕ ਆਵਾਜ਼। ਇਹ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਸਾਡੇ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਦਿਆ ਕਰੋ। ਮੈਨੂੰ ਸੰਤੋਖ ਸਿੰਘ ਪੰਨੂ ਨੂੰ ਇੱਥੇ ਦੇਵਾ ਗਿਆ, ਜਾਣਾ ਕਿਤੇ ਨਹੀਂ, ਦੇਖਦੇ ਰਹਿਣਾ ਦੀ TVNRI। ਸਤਿ ਸ਼੍ਰੀ ਅਕਾਲ।